ਸਤਿ ਸ਼੍ਰੀ ਅਕਾਲ ਜੀ ਦੇਸ਼ ਵਿਦੇਸ਼ ਦੇ ਤਮਾਮ ਦਰਸ਼ਕਾਂ ਦਾ ਮੈਂ ਸਾਹਿਬਾ ਨਿੱਗਾ ਸਵਾਗਤ ਕਰਦੀ ਹਾਂ ਇਸ ਸ਼ੋਅ 'ਚ ਜਿਸ ਦਾ ਨਾਂ ਹੈ ਡਾਕਟਰ ਹਰਜਿੰਦਰ ਵਾਲੀਆ ਸ਼ੋਅ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਸ਼ੋਅ ਵਿੱਚ ਅਸੀਂ ਦੇਸ਼ ਵਿਦੇਸ਼ ਦੀਆਂ ਖਬਰਾਂ 'ਤੇ ਚਰਚਾ ਕਰਦੇ ਹਾਂ ਔਰ ਚਰਚਾ ਕਰਨ ਲਈ ਸਾਡੇ ਨਾਲ ਸਾਡੇ ਮਹਿਮਾਨ ਮੌਜੂਦ ਨੇ ਅਤੇ ਆਓ ਸਭ ਤੋਂ ਪਹਿਲੇ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਹਰਜਿੰਦਰ ਵਾਲੀਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਵਾਲੀਆ ਜੀ ਅੱਜ ਦੀ ਵੀ ਜਿਹੜੀ ਸਾਡੀ ਮੇਨ ਖਬਰ ਹੈ ਅਸੀਂ 3 ਦਿਨ ਤੋਂ ਵੀ ਡਿਸਕਸ ਕਰਦੇ ਆ ਰਹੇ ਹਾਂ ਵੈਸੇ ਤਾਂ ਕਾਫੀ ਦਿਨ ਹੋ ਗਏ ਸ਼੍ਰੀਦੇਵੀ ਦੇ ਬਾਰੇ ਹੀ ਹੈ ਸ਼੍ਰੀਦੇਵੀ ਦਾ ਜਿਹੜਾ ਪਾਰਥਿਵ ਸਰੀਰ ਹੈ ਉਹ ਕੱਲ੍ਹ ਫਾਈਨਲੀ ਇੰਡੀਆ ਪਹੁੰਚ ਚੁੱਕਿਆ ਹੈ ਅਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਅਤੇ ਇਹ ਸਾਡੀ ਜਿਹੜੀ ਅੱਜ ਪਹਿਲੀ ਸਟੋਰੀ ਹੈ ਜਿਹਦੇ ਆਪਾਂ ਚਰਚਾ ਕਰਨ ਜਾ ਰਹੇ ਹਾਂ ਹਾਂ ਨਹੀਂ ਇਹ ਤੁਹਾਡੇ ਕੋਲ ਠੀਕ ਹੈ ਕਿ ਲਗਾਤਾਰ ਆਪਾਂ ਇਸ ਤੇ ਇਸ ਖਬਰ ਤੇ ਜੀ ਨਜ਼ਰ ਬਣਾਏ ਹੋਏ ਹਾਂ ਹਾਂ ਅੱਜ 3 ਵਜੇ ਸੰਸਕਾਰ ਹੋਣਾ ਹੈ ਜੀ ਔਰ ਇਹ ਗੱਲ ਇਸ ਕਰਕੇ ਥੋੜ੍ਹੀ ਜਿਹੀ ਲੋਕਾਂ ਦੀ ਦਿਲਚਸਪੀ ਸੀ ਕਿ ਜਿਹੜੀ ਸ਼੍ਰੀਦੇਵੀ ਦੀ ਮੌਤ ਜਦੋਂ ਪੋਸਟਮਾਰਟਮ ਤੋਂ ਬਾਅਦ ਆਈ ਕਿ ਸ਼ਰਾਬ ਪੀਤੀ ਹੋਈ ਸੀ ਜਿਹੜੇ ਨਹਾਉਣ ਵਾਲਾ ਟੱਬ ਹੁੰਦਾ ਹੈ ਉਹਦੇ ਵਿੱਚ ਡੁੱਬ ਕੇ ਮੌਤ ਹੋਈ ਹੈ ਅਤੇ ਫਿਰ ਬੋਨੀ ਕਪੂਰ ਤੋਂ ਵੀ ਉਹਦੇ ਪਤੀ ਤੋਂ ਪੁੱਛਿਆ ਗਿਆ ਔਰ ਫਿਰ ਕਈ ਵਾਰੀ ਤਾਂ ਹਿੰਦੁਸਤਾਨ ਦੇ ਵਿੱਚ ਖਬਰਾਂ 'ਚ ਆਉਣ ਲਈ ਵੀ ਹੋ ਜਾਂਦਾ ਸੁਬਰਾਮਨਿਅਮ ਸਵਾਮੀ ਜਿਹੜੇ ਨੇ ਉਹਨਾਂ ਨੇ ਕਤਲ ਕਹਿਤਾ ਵੀ ਲੱਗਦਾ ਹੈ ਕਤਲ ਹੋ ਸਕਦਾ ਸੋ ਪੁਲਿਸ ਨੇ ਦੁਬਈ ਦੀ ਨੇ ਬਹੁਤ ਜਿਹੜੀ ਉਹਨਾਂ ਦਾ ਆਪਦਾ ਪ੍ਰੋਸੀਜਰ ਹੈ ਉਹ ਸਾਰਾ ਕੁਛ ਕਰਨ ਤੋਂ ਬਾਅਦ ਸਾਰੀਆਂ ਕੜੀਆਂ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਕਲੀਅਰੈਂਸ ਦਿੱਤੀ ਔਰ ਅਬਾਨੀ ਅਨਿਲ ਅਬਾਨੀ ਦਾ ਜਹਾਜ਼ ਉੱਥੇ ਸੀ ਉਹ ਲੈ ਕੇ ਜਿਹੜੀ ਹੈ ਉਹਨਾਂ ਦੇ ਸਰੀਰ ਨੂੰ ਇੱਥੇ ਪਹੁੰਚ ਗਿਆ ਅੱਜ ਸੰਸਕਾਰ ਹੋਏਗਾ ਬਹੁਤ ਸਾਰੇ ਲੋਕ ਕਿਉਂਕਿ ਬੋਨੀ ਕਪੂਰ ਦਾ ਜਿਹੜਾ ਛੋਟਾ ਭਰਾ ਅਨਿਲ ਕਪੂਰ ਉਹ ਵੀ ਸਟਾਰ ਹੈ ਔਰ ਉਹਦੇ ਘਰ ਸਾਰੇ ਜਿਹੜੇ ਵੱਡੇ ਬੰਦੇ ਵਾਰ ਵਾਰ ਅਫਸੋਸ ਕਰਨ ਵੀ ਆ ਰਹੇ ਨੇ ਅੱਜ ਵੀ ਇਕੱਠੇ ਹੋ ਰਹੇ ਨੇ ਔਰ ਪੰਜਾਬ ਵਾਲੇ ਇਹਨਾਂ ਦਾ ਸਿੱਧਾ ਸੰਬੰਧ ਕਿਉਂਕਿ ਪੰਜਾਬੀ ਹੈ ਪੰਜਾਬੀ ਰਸਮਾਂ ਨਾਲ ਇਹਦਾ ਹਾਲਾਂਕਿ ਆਪ ਸਾਊਥ ਦੀ ਸ਼੍ਰੀਦੇਵੀ ਦਾ ਸੰਬੰਧ ਸਾਊਥ ਨਾਲ ਸੀ ਲੇਕਿਨ ਵਿਆਹਣ ਤੋਂ ਬਾਅਦ ਉਹ ਪੰਜਾਬੀ ਪਰਿਵਾਰ 'ਚ ਵਿਆਹੀ ਗਈ ਅਤੇ ਇਸ ਕਰਕੇ ਪੰਜਾਬੀ ਰਸਮਾਂ ਨਾਲ ਅੱਜ ਉਹਨਾਂ ਦਾ ਸੰਸਕਾਰ ਹੋਣਾ 3 ਵਜੇ ਔਰ ਗੁਰਦਾਸ ਮਾਨ ਸਮੇਤ ਜਿਹੜੇ ਸਿੰਗਰ ਨੇ ਐਕਟਰ ਨੇ ਡਾਇਰੈਕਟਰ ਨੇ ਜਾਂ ਬਾਲੀਵੁੱਡ ਨਾਲ ਸੰਬੰਧਿਤ ਲੋਕ ਨੇ ਉਹ ਸਾਰੇ ਉੱਥੇ ਆ ਵੀ ਰਹੇ ਨੇ ਔਰ ਉਹ ਟਵੀਟ ਕਰਕੇ ਸ਼ਰਧਾਂਜਲੀ ਵੀ ਭੇਟ ਕਰ ਰਹੇ ਨੇ ਇੱਕ ਵੱਡੇ ਸੈਲੀਬ੍ਰਿਟੀ ਦਾ ਜਾਣਾ ਇਸ ਕਿਸਮ ਦੀ ਹੀ ਉਹਦੀ ਵਧਾਈ ਹੁੰਦੀ ਹੈ ਜਦੋਂ ਮੈਂ ਤੁਹਾਨੂੰ ਪਹਿਲਾਂ ਕੱਲ ਵੀ ਦੱਸਿਆ ਸੀ ਕਿ ਉਹ ਫਿਲਮਾਂ 'ਚ ਦੁਬਾਰਾ ਆ ਗਏ ਸੀ ਔਰ ਅਖੀਰਲੀ ਫਿਲਮ 'ਚ 4.5 ਕਰੋੜ ਲਿਆ ਔਰ 3.5 ਕਰੋੜ ਤੋਂ 4.5 ਕਰੋੜ ਇੱਕ ਫਿਲਮ ਦਾ ਰਹੇ ਸੀ ਆਪਣੇ ਆਪ 'ਤੇ ਉਹ ਪੈਸਾ ਖਰਚ ਵੀ ਬਹੁਤ ਰਹੇ ਸੀ 27 ਸਰਜਰੀਆਂ ਉਹਨਾਂ ਨੇ ਆਪਣੀਆਂ ਕਰਾਈਆਂ ਸੀ ਹੁਣ ਪਿੱਛੇ ਲਿਪ ਸਰਜਰੀ ਕਰਾਈ ਸੀ ਔਰ ਦਵਾਈਆਂ ਚੱਲ ਰਹੀਆਂ ਸੀ ਐਂਟੀ ਏਜਿੰਗ ਦਵਾਈਆਂ ਲੈ ਰਹੇ ਸੀ ਤੋ ਇਹ ਜਿਹੜਾ ਇਸ ਕਿਸਮ ਦੇ ਜਿਹੜਾ ਜਿਸ ਨੂੰ ਫੀਮੇਲ ਅਮਿਤਾਭ ਬੱਚਨ ਕਹਿੰਦੇ ਨੇ ਸੁਪਰ ਸਟਾਰ ਪਹਿਲੀ ਕਹਿੰਦੇ ਨੇ ਕਿਉਂਕਿ ਲਗਾਤਾਰ ਉਹ ਫਿਲਮਾਂ 'ਚ ਵੀ ਬਣੀ ਹੋਈ ਸੀ ਆਮ ਤੌਰ 'ਤੇ ਔਰਤ ਜਿਹੜੀ ਹੈ ਉਹਦੀ ਉਮਰ ਸੈਲੀਬ੍ਰਿਟੀ ਦੀ ਕੋਈ ਜ਼ਿਆਦਾ ਨਹੀਂ ਹੁੰਦੀ ਉਹਦੀ ਕੰਮ ਕਰਨ ਦੀ ਲੇਕਿਨ ਇਹਨਾਂ ਨੇ ਆਪਣੇ ਆਪ ਨੂੰ ਮੇਨਟੇਨ ਰੱਖਿਆ ਸੀ ਤੋ ਇਸ ਕਰਕੇ ਇਹ ਕਾਫੀ ਜ਼ਿਆਦਾ ਜਿਹੜਾ ਹੈ ਚਰਚਾ 'ਚ ਰਹੇ ਸੋ ਉਹਨਾਂ ਦਾ ਜਾਣਾ ਸੱਚਮੁੱਚ ਹੀ ਦੁਖਦਾਈ ਜੀ ਔਰ ਅਗਲੀ ਖਬਰ ਹੁਣ ਅਸੀਂ ਪੰਜਾਬ ਵੱਲ ਅਗਰ ਰੁੱਖ ਕਰਦੇ ਹਾਂ ਅਤੇ ਪੰਜਾਬ 'ਚੋਂ ਇਸ ਵਕਤ ਜਿਹੜੀ ਸਭ ਤੋਂ ਵੱਡੀ ਖਬਰ ਹੈ ਉਹ ਲੁਧਿਆਣੇ ਦੀ ਹੈ ਕਿ ਕੱਲ੍ਹ ਲੁਧਿਆਣਾ ਦੀਆਂ ਨਗਰ ਨਿਗਮਾਂ ਚੋਣਾਂ ਦਾ ਜਿਹੜਾ ਨਤੀਜਾ ਸੀ ਉਹ ਘੋਸ਼ਿਤ ਹੋ ਗਿਆ ਔਰ ਇਸ ਵਕਤ ਕਾਂਗਰਸ ਜਿਹੜੀ ਹੈ ਸਭ ਤੋਂ ਬਾਜ਼ੀ ਮਾਰ ਲਈ ਅੱਗੇ ਕਹਿ ਸਕਦੇ ਹਾਂ ਆਪਾਂ ਕਿਉਂਕਿ ਕਾਂਗਰਸ ਨੇ 67 ਸੀਟਾਂ ਜਿੱਤ ਲਈਆਂ ਨੇ ਅਕਾਲੀਆਂ ਨੇ 11 ਅਤੇ ਭਾਜਪਾ ਦੀ 10 ਅਤੇ ਲੋਕ ਇਨਸਾਫ ਪਾਰਟੀ 7 ਸੀਟਾਂ ਅਤੇ ਆਪ ਜਿਹੜੀ ਹੈ ਉਹ 1 ਸੀਟ 'ਤੇ ਹੈ ਇਸ ਵਕਤ ਹਾਂ ਦੇਖੋ ਪਹਿਲੀ ਤਾਂ ਗੱਲ ਇਹ ਕੋਈ ਨਵੀਂ ਗੱਲ ਨਹੀਂ ਪਹਿਲਾਂ ਹੀ ਪਤਾ ਸੀ ਨਤੀਜਾ ਕੀ ਹੋਣਾ ਚੋਣ ਤਾਂ ਉਹ ਹੁੰਦੀ ਹੈ ਕਿ ਜਦੋਂ ਪਤਾ ਨਾ ਹੋਵੇ ਵੀ ਜਿੱਤਣਾ ਕਿਹਨੇ ਹੈ ਅਤੇ ਇਹ ਤਾਂ ਪਤਾ ਹੀ ਹੈ ਕਿ ਸੱਤਾਧਾਰੀ ਧਿਰ ਨੇ ਜਿੱਤਣਾ ਹੁੰਦਾ ਜਦੋਂ ਵੀ ਕੋਈ ਹੁੰਦੀ ਹੈ ਪਰ ਲੁਧਿਆਣਾ ਬਾਕੀਆਂ ਨਾਲੋਂ ਵੱਖਰਾ ਰਿਹਾ ਜਿਵੇਂ ਪਟਿਆਲਾ ਤਾਂ ਬਿਲਕੁਲ ਹੀ ਕਲੀਨ ਸਵੀਪ ਹੋ ਗਿਆ ਮਤਲਬ ਲੁਧਿਆਣਾ ਫਿਰ ਵੀ ਘੱਟੋ ਘੱਟ ਇੱਕ ਹਾਜ਼ਰੀ ਜਿਹੜੀ ਹੈ ਅਪੋਜੀਸ਼ਨ ਨੇ ਲਗਵਾਈ ਔਰ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਨੇ ਤਕਰੀਬਨ 10 ਔਰ 11 ਸੀਟਾਂ ਦਾ ਜਿੱਤਣਾ ਇਹ ਵੱਡੀ ਗੱਲ ਹੈ
दो गल्लां इहदे इस चोण च, पहली गल तां इह है वी जितने सी इन्हां ने कांग्रेस क्योंकि पावर च है, पावर वाले जितदे हुंदे ने, कुछ लोग जिताउंदे ने, कुछ प्रशासन पुलिस बड़ा कुछ चलदा, लेकिन नाल दे नाल इक गल होर है जिहड़ी जिहड़ी इहदे बारे चर्चा की जा सकती है कि आम आदमी पार्टी नूं की हो गया। आम आदमी पार्टी सिर्फ एक सीट उन्हें मिली है और जिहड़ी किसे टाइम विरोधी धिर हुण भी उह देखो ना सब तो ज़्यादा सीटा कांग्रेस तो बाद विधानसभा च उन्हां दे ने, लेकिन उदू पहला भी जे आपां लुधियाणे दा रिकॉर्ड देखिए विधानसभा का नंबर दो ते सी जी। लेकिन हुण की हो रहा है, हुण उन्हां दा कितें नाम निशान भी नहीं, मसां एक सीट जीती है। आम आदमी पार्टी ते उहदे जिहड़े सहयोगी सी बैंस ब्रदरस जिन्हें लोक इंसाफ पार्टी बनाई, बड़ा झटका उन्हां नूं लग्गिया। और जिहड़े नंबर दो वाले ने सुखबीर सिंह बादल की पार्टी, श्रोमणी अकाली दल ते भारतीय जनता पार्टी, थोड़ी बहुती उन्हां नूं तसली हो सकती है। हालांकि जिहड़ा मार्जन है वोटां दा फर्क है वह इन्हां दा घट है, जिहड़े अकाली जिते ने जदों जिथे जिथे कांग्रेस जिते ने उत्थे तो बहुत मार्जन नाल जिते ने, पर फिर भी जित जित हुंदी है। लेकिन यह गल एक बड़ा सवालिया निशान आम आदमी पार्टी के भविख से जरूर ला रही ने यह जिहड़ियां चोणां ने, क्योंकि जो आम आदमी पार्टी ने पंजाब च स्टार्ट किया सी ते काफी मजबूती नाल स्टार्ट किया सी, मजबूती सी भगवंत मान हालांकि कह रहे जी धक्का होया सब कुछ दे बावजूद, लेकिन उन्होंने आपका वोट शेयर कितने है जी। तो वह बहुत पिछे जा रहे ने, यह आने वाले टाइम के इलेक्शन होना होनिया ने उहदे च होर क्लीयर हो जू, पर यह एक जिहड़ा बदल नजर आउंदा सी पंजाब दे लोकां नूं कि दो पार्टियां दे विच चल रही उत्तर काटो मैं चढ़न वाली जिहड़ी स्थिति सी वह शायद बदल जाए, पर लगता नहीं कि बदलूगी, हुण उही उस पासे नूं फिर पंजाब जा रहा है जी। अगली खबर जी है होले महल्ले की है, हुण होला महल्ला त्यौहार जिहड़ा शुरू हो रहा है उहदा पहला पड़ाव जिहड़ा है खत्म हो गया, तो हुण दूजा पड़ाव उहदे होला महल्ला का जिहड़ा देखो ज सिखा ने श्री गुरु गोबिंद सिंह ने जी ये फैसला किया सी कि होला महला सिर्फ तो सिर्फ जिहड़ी होली खेडन तक सीमित नहीं रहेगा। सिखा का यह त्यौहार उन्हां दी जिहड़ी है जाहो जलाल का उन्हां दे चढ़दी कला का प्रतीक बनाउणा चाहुंदे सी, वो उस कौम नूं लड़ाकी ते खाड़कू कौम बनाउणा चाहुंदे सी, ते उहदे लई फिर उन्हां ने यह जगह यह मौका चुनिया। होला महला एक किस्म का कौमी त्यौहार है सिख कौम का, सिख कौम के जन्म स्थान पर होला महला मनाया जाता है। उस वेले गुरु साहब के टाइम 7 साल यह होला महला मनाया गुरु जी ने अपने वे, उस वेले सारा जिहड़ा जिहड़ियां चीज़ां की उस वेले मैदान च लोड़ हुंदी सी, घोड़सवारी की, नेजेबाजी की, तीरअंदाजी की, गतके की, यह सारिया खेडा उदों गुरु जी करवाउंदे सी और उन्होंने बड़े बड़े इनाम देंदे सी, हथियार किवें चलाउणा घोड़सवारी उदों यही हुंदा सी, ते हुण भी उवें जिहड़ा है चलदा जा रहा है। तो यह जिहड़ा जिहनूं कहिंदे कि चढ़दी कला का प्रतीक है सिख कौम का होला महला का पहला पड़ा हुंदा है जिहड़ी गुरद्वारा पतालपुरी दे विच श्री गुरु ग्रंथ साहिब दे पाठ रखाए जाते हैं अखंड पाठ, भोग पाउण ते उह समाप्ति हुंदी है, ते अज जिहड़ी है शुरुआत हो जाणी है होला महला आनंदपुर साहब दे विच, केसगढ़ साहब दे विच जदों अखंड पाठ आरंभ होणगे होला महला की शुरुआत हो जाएगी। सो ये जिहड़ी है केसगढ़ साहब के जिहड़े जथेदार उन्हां दी अगवाई दे विच होला महला च 30-35-40 लाख तक लोग जिहड़े इकट्ठे हुंदे ने, थां थां लंगर लगदे ने, ये अपने आप दे विच ही ये ते बहुत सारी डाकूमेंटरी बना के लोग सारी दुनिया च देखदे ने, ये अपने आप च एक बहुत वधिया मिसाल है सिख कौम दे जाओ जलाल दी जी। वालिया जी एक खबर है हुण नौकरियां नूं लैके जिहड़ा एक वड्डा सवाल खड़ा हो रहा है, क्योंकि पंजाब सरकार वालों जिहड़ा पंजाब सब ऑर्डिनेट सिलेक्शन सर्विस सिलेक्शन बोर्ड है उहनूं भंग कर दिता गया, पता नहीं लग रहा नौकरियां दा फिर हुण की बनना, सरकारां दा नहीं कुछ, कैप्टन साहब दा तो वैसे ही नहीं पता चल रहा है वी की कर रहे ने, क्योंकि एक पासे तां विजिलेंस कमीशन बना था जी और विजिलेंस कमीशन दी लोड़ नहीं जी, क्योंकि विजिलेंस भी उहनां दी है। दूजे पासे इह कह के कि जिहड़ा सर्विस सिलेक्शन बोर्ड है सबोर्डिनेट जिहड़ा लोकां नूं भर्ती करदा, क्लर्क भर्ती करदा, पीए भर्ती करदा, इन्हां दी जिहड़ी भर्ती करन वाले
ਬੋਰਡ ਹੈ ਉਹਨੂੰ ਭੰਗ ਕਰਤਾ। ਹਾਂਜੀ ਉਹਨੂੰ ਭੰਗ ਇਸ ਕਰਕੇ ਕੀਤਾ ਕਹਿੰਦੇ ਸਾਡੇ ਕੋਲ ਪੈਸਾ ਨਹੀਂ ਹੈ ਜੀ, ਔਰ ਇੱਕ ਮੈਂਬਰ ਉਹਦਾ ਸੀ, ਇੱਕੋ ਇੱਕ ਬਾਕੀ ਤਾਂ ਚਲੇ ਗਏ ਸੀ ਜਦੋਂ ਸਰਕਾਰ ਬਦਲੀ, ਉਹ ਮੈਂਬਰ ਨੂੰ ਇਹਨਾਂ ਨੇ ਇੱਕ ਮਹੀਨੇ ਦਾ ਨੋਟਿਸ ਦੇ ਕੇ ਉਹਨੂੰ ਤਨਖਾਹ ਦੇ ਕੇ ਤੋੜਤਾ ਜੀ। ਤੋ ਇਹ ਜਿਹੜਾ ਇਸ ਕਿਸਮ ਦਾ ਵਰਤਾਰਾ ਹੈ ਤੇ ਹੁਣ ਜਿਹੜੀਆਂ ਪੈਂਡਿੰਗ, ਜਾਂ ਤਾਂ ਸਿੰਪਲ ਸਪਸ਼ਟ ਸੰਕੇਤ ਦਿੱਤਾ ਕੈਪਟਨ ਸਾਹਿਬ ਨੇ ਇਹ ਬੋਰਡ ਭੰਗ ਕਰਕੇ ਵੀ ਸਾਡੇ ਕੋਲ ਨੌਕਰੀਆਂ ਬਿਲਕੁਲ ਖਤਮ, ਤੇ ਜੇ ਉਹ ਕਹਿੰਦੇ ਨੇ ਕਿ ਸਰਵਿਸ ਸਿਲੈਕਸ਼ਨ ਬੋਰਡ ਖਤਮ ਹੈ ਤਾਂ ਨੌਕਰੀਆਂ ਕੌਣ ਦੇਊਗਾ, ਕੌਣ ਸਿਲੈਕਸ਼ਨ ਕਰੂਗਾ? ਤੋ ਇਹਦਾ ਜਿਹੜਾ ਬੋਰਡ ਬਲਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਇਸ ਬੋਰਡ ਦੇ ਸਹੀ ਬੰਦਿਆਂ ਦੀ, ਕਿਉਂਕਿ ਜੇ ਸਹੀ ਬੰਦੇ ਚੁਣੇ ਜਾਣਗੇ ਤਾਂ ਹੀ ਕੰਮ ਚੱਲੂਗਾ ਸਰਕਾਰ ਦਾ। ਤੋ ਸਹੀ ਬੰਦੇ ਬੋਰਡ 'ਚ ਚੁਣੇ ਜਾਂਦੇ, ਬੋਰਡ ਅੱਗੇ ਸਹੀ ਬੰਦਿਆਂ ਦੀ ਚੋਣ ਕਰਦਾ, ਤਾਂ ਇਹ ਗੱਲ ਬਣਨੀ ਸੀ। ਅਤੇ ਕੈਪਟਨ ਸਾਹਿਬ ਦੀ ਚੋਣ ਦਾ ਤਾਂ ਪਤਾ ਹੀ ਨਹੀਂ ਲੱਗਦਾ ਨਾ, ਉਹਨਾਂ ਨੇ ਹੁਣ ਕੱਲ੍ਹ ਜਿਹੜਾ ਹੈ ਅਚਾਨਕ ਹੀ ਕ੍ਰਿਸ਼ਨ ਕੁਮਾਰ ਨੂੰ ਹਟਾ ਕੇ ਸਕੂਲ ਬੋਰਡ ਦਾ ਇੱਕ ਐਸਾ IAS ਅਫਸਰ ਬਣਾਤਾ ਜਿਹਦੇ ਪੰਜਾਬੀ ਅਤੇ ਪੰਜਾਬ ਨਾਲ ਕੋਈ ਲੈਣ ਦੇਣ ਨਹੀਂ, ਉਹ ਹੈਗਾ ਰਾਜਸਥਾਨ ਦਾ IAS ਅਫਸਰ ਉਸ ਕੇਡਰ ਦਾ, ਵੀ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਉਹਦਾ ਕੀ ਮਤਲਬ ਹੋਇਆ? ਨਾ ਉਹਨੂੰ ਪੰਜਾਬੀ ਆਉਂਦੀ ਹੈ, ਨਾ ਹੀ ਉਹਦਾ ਪੰਜਾਬੀ ਕਲਚਰ ਬਾਰੇ ਪਤਾ ਹੈ। ਜਿਹੜਾ ਕੰਮ ਬੱਚੇ ਨੂੰ ਅਸੀਂ ਸਿਖਾਉਣਾ ਹੈ ਉਹਦੇ ਬਾਰੇ ਪਤਾ ਨਹੀਂ, ਲੇਕਿਨ ਉਹਨਾਂ ਨੇ ਉਹਨੂੰ ਲਾਤਾ 3 ਸਾਲ ਲਈ ਹੁਣ ਉਹ। ਸੋ ਇਸ ਤਰ੍ਹਾਂ ਦੀ ਇਹਨਾਂ ਨੇ ਬੋਰਡ ਦਾ ਭੰਗ ਕਰਨਾ ਜਾਂ ਬੋਰਡ ਨੂੰ ਬਣਾਉਣ ਦੀ ਜਿਹੜੀ ਹੈ ਮੁੜ ਬਣਾਉਣ ਲਈ ਭੰਗ ਕੀਤਾ, ਫਿਰ ਤਾਂ ਗੱਲ ਹੋ ਸਕਦੀ ਹੈ, ਪਰ ਇਹ ਕਹਿਣਾ ਕਿ ਵਿੱਤੀ ਹਾਲਤ ਕਰਕੇ ਭੰਗ ਕੀਤਾ ਕੋਈ ਵਧੀਆ ਤਰਕ ਨਹੀਂ ਹੈ। ਵਾਕਈ ਇਹ ਖਲ ਜਿਹੜੀ ਖਬਰ ਹੈ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਇੰਪੈਕਟ ਜ਼ਰੂਰ ਪਾਏਗੀ ਜਿਹੜੀ ਪਬਲਿਕ ਹੈ। ਔਰ ਵਾਲੀਆ ਜੀ ਆਪਣੇ ਕੋਲ ਖਬਰਾਂ ਬਹੁਤ ਨੇ ਜਿਹਦੇ ਉੱਪਰ ਚਰਚਾ ਕਰਨੀ ਹੈ, ਪਰ ਸਮਾਂ ਹੋ ਚੱਲਿਆ ਬ੍ਰੇਕ ਦਾ, ਇੱਥੇ ਅਸੀਂ ਲਵਾਂਗੇ ਛੋਟੀ ਜਿਹੀ ਬ੍ਰੇਕ, ਜਲਦ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਡਾਕਟਰ ਹਰਜਿੰਦਰ ਵਾਲੀਆ ਸ਼ੋਅ 'ਚ। ਅਤੇ ਅਸੀਂ ਚਰਚਾ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ ਅਗਲੀ ਖਬਰ ਦੇ ਉੱਪਰ। ਅਤੇ ਅਗਲੀ ਖਬਰ ਜਿਹੜੀ ਹੈ ਉਹ ਹੈਗੀ ਹੈ ਸਾਡੇ ਕੋਲ ਰਾਸ਼ਟਰਪਤੀ ਰਾਮਨਾਥ ਕੋਵਿੰਦ, ਜਿਹੜੇ ਉਹਨਾਂ ਨੇ ਚੰਡੀਗੜ੍ਹ ਕੱਲ੍ਹ 36 ਸੈਕਟਰ ਦੇ ਵਿੱਚ DAV ਕਾਲਜ ਦੀ ਗੋਲਡਨ ਜੁਬਲੀ ਮਨਾਉਣ ਦੇ ਸਿਲਸਿਲੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸੀ, ਅਤੇ ਉਸ ਬਾਰੇ ਆਪਾਂ ਗੱਲ ਕਰਦੇ ਨੇ। ਸ਼ਿਰਕਤ ਉਹਨਾਂ ਨੇ ਅੱਜ ਕਰਨੀ ਹੈ ਜੀ, ਅਤੇ ਕੱਲ੍ਹ ਆ ਗਏ ਨੇ ਉਹ ਚੰਡੀਗੜ੍ਹ ਦੇ ਵਿੱਚ ਜੀ। ਔਰ ਜਿਸ ਤਰ੍ਹਾਂ ਦਾ ਪ੍ਰੋਟੋਕੋਲ ਹੁੰਦਾ ਹੈ ਉਹਦੇ ਮੁਤਾਬਕ ਚੀਫ ਮਿਨਿਸਟਰ ਹਰਿਆਣਾ ਦਾ ਉੱਥੇ ਸੀ, ਪੰਜਾਬ ਦੇ ਚੀਫ ਮਿਨਿਸਟਰ ਨਹੀਂ ਗਏ, ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਭੇਜਤਾ ਜੀ। ਔਰ ਬਿਧਨੌਰ ਸਾਹਿਬ ਪੰਜਾਬ ਦੇ ਰਾਜਪਾਲ, ਸਲੰਕੀ ਸਾਹਿਬ ਕਪਤਾਨ ਸਿੰਘ ਸਲੰਕੀ ਜਿਹੜੇ ਹਰਿਆਣਾ ਦੇ, ਔਰ ਆਚਾਰੀਆ ਦੇਵਵਰਤ ਜਿਹੜੇ ਹਿਮਾਚਲ ਦੇ ਜੀ, ਉਹ ਉੱਥੇ ਹਵਾਈ ਅੱਡੇ 'ਤੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਰਿਸੀਵ ਕੀਤਾ। ਔਰ ਰਾਸ਼ਟਰਪਤੀ ਜਿਹੜੇ ਆਏ ਨੇ 36 ਦੇ ਵਿੱਚ, ਜਿਹੜਾ DAV ਕਾਲਜ ਹੈ ਔਰ ਉਹਦੇ ਗੋਲਡਨ ਜੁਬਲੀ ਦੇ ਵਿੱਚ ਆਏ ਨੇ। ਅਸਲ ਗੱਲ ਤਾਂ ਸਿੰਪਲ ਇਹ ਹੈ ਕਿ ਜਿਹੜਾ ਗੋਲਡਨ ਜੁਬਲੀ DAV ਮਨਾ ਰਹੀ ਹੈ, DAV ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਸਿੱਧਾ ਸੰਬੰਧ ਜਿਹੜਾ ਹੈ ਉਹ ਉੱਤੋਂ, ਫਿਰ ਨਾਗਪੁਰ ਤੋਂ ਇਹਨਾਂ ਨੂੰ ਇੰਸਟਰਕਸ਼ਨ ਮਿਲਦੀਆਂ ਨੇ ਵੀ ਉੱਥੇ ਜਾਣਾ ਕਿ ਨਹੀਂ ਜਾਣਾ। ਤੋ ਰਾਸ਼ਟਰਪਤੀ ਵੀ ਉਵੇਂ ਕਰ ਰਹੇ ਨੇ ਜਿਵੇਂ ਉੱਤੋਂ ਉਹਨਾਂ ਨੂੰ ਆਦੇਸ਼ ਹੁੰਦਾ, ਅਤੇ ਉਹ ਆਏ ਇੱਥੇ। ਔਰ ਰੌਕ ਗਾਰਡਨ ਜਾਣਾ ਸੀ, ਉੱਥੇ ਤਾਂ ਨਹੀਂ ਗਏ, ਲੇਕਿਨ ਚੰਡੀਗੜ੍ਹ ਦੇ ਵਿੱਚ ਰਾਸ਼ਟਰਪਤੀ ਦਾ ਆਉਣਾ, ਉਸ ਤੋਂ ਬਾਅਦ ਉਹਦੀਆਂ ਸਾਰੀਆਂ ਤਿਆਰੀਆਂ, ਉਹਨਾਂ ਦੇ ਸਵਾਗਤ ਦੀਆਂ, ਸਵਾਗਤ ਤੋਂ ਬਾਅਦ ਉਹਨਾਂ ਦੇ ਰਿਹਾਇਸ਼ ਦੀਆਂ, ਉਹਨਾਂ ਦੀ ਸੁਰੱਖਿਆ ਦੀਆਂ, ਉਹ ਸਾਰੀਆਂ ਜਿਹੜੀਆਂ ਹੋ ਰਹੀਆਂ ਨੇ। ਔਰ ਵਧੀਆ ਤਰੀਕੇ ਨਾਲ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਲੋਕ, ਇਹ ਚੰਗੀ ਗੱਲ ਹੋਏਗੀ, ਹਿੰਦੁਸਤਾਨ 'ਚ ਹੋਣਾ ਚਾਹੀਦਾ ਕਿ ਚਾਹੇ ਕੋਈ ਪ੍ਰਧਾਨ ਮੰਤਰੀ ਆਵੇ ਅਤੇ ਚਾਹੇ ਰਾਸ਼ਟਰਪਤੀ ਆਵੇ, ਲੇਕਿਨ ਉਹ ਲੋਕਾਂ ਦੀ ਟ੍ਰੈਫਿਕ ਦੀ ਸਮੱਸਿਆ, ਖਾਸ ਤੌਰ 'ਤੇ ਉਹ ਸਮੱਸਿਆ 'ਚ PGI ਨੂੰ ਲੋਕ ਜਾ ਰਹੇ ਨੇ, ਉਸ ਪਾਸੇ ਨੂੰ ਨਾ ਰੋਕਿਆ ਜਾਵੇ। ਅੱਗੇ ਤੁਹਾਡੇ ਯਾਦ ਹੋਊ ਜਦੋਂ ਪ੍ਰਧਾਨ ਮੰਤਰੀ ਆਏ ਸੀ ਅਤੇ ਇੱਕ ਬੰਦੇ ਦੀ ਇਸੇ ਕਰਕੇ ਡੈਥ ਹੋ ਗਈ ਸੀ ਕਿ ਉਹ ਟਾਈਮ ਸਿਰ PGI ਉਹ ਐਂਬੂਲੈਂਸ ਨਹੀਂ ਪਹੁੰਚ ਸਕੀ ਸੀ। ਸੋ ਜਦੋਂ ਕੋਈ VIP ਆਉਂਦਾ, ਇਸ ਤਰ੍ਹਾਂ ਦੀਆਂ ਗੱਲਾਂ ਤੋਂ ਬਚਣ ਦੀ ਲੋੜ ਹੈ। ਅਤੇ ਜਦੋਂ ਦੇ ਰਾਸ਼ਟਰਪਤੀ ਆਏ ਨੇ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ। ਅੱਜ ਉਹ DAV ਕਾਲਜ ਦੇ ਵਿੱਚ ਜਾਣਗੇ, ਲੋਕਾਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ, ਚੰਗੀ ਗੱਲ ਜੀ। ਅਗਲੀ ਖਬਰ ਜਿਹੜੀ ਹੈ ਉਹ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿਹੜੀ ਬਠਿੰਡਾ ਜੰਮੂ ਹਵਾਈ ਜਹਾਜ਼ ਨੂੰ ਹਰੀ ਝੰਡੀ ਦਿੱਤੀ ਹੈ। ਔਰ ਜੇ ਹਵਾਈ ਅੱਡੇ ਦੀ ਗੱਲ ਹੋ ਹੀ ਰਹੀ ਹੈ ਅਤੇ ਚੜ੍ਹਦੀ ਕਲਾ ਦੇ ਮੁੱਖ ਪੰਨੇ 'ਤੇ ਮੇਨ ਇਹੀ ਜਿਹੜੀ ਸਟੋਰੀ ਹੈ ਸਾਡੀ ਅੱਜ ਦੀ, ਉਹ ਹੈ ਕਿ ਪੰਜਾਬ ਹਰਿਆਣਾ ਸਰਕਾਰਾਂ ਦੇ ਦਰਮਿਆਨ ਹਵਾਈ ਅੱਡੇ ਨੂੰ ਲੈ ਕੇ ਜਿਹੜੀ ਸ਼ਬਦੀ ਜੰਗ ਹੈ ਉਹ ਸ਼ੁਰੂ ਹੋ ਗਈ ਹੈ। ਦੇਖੋ, ਦੋ ਖਬਰਾਂ ਤੁਸੀਂ ਜ਼ਿਕਰ ਕੀਤਾ। ਪਹਿਲੀ ਖਬਰ ਜਿਹੜੀ ਹੈ ਉਹ ਬਠਿੰਡਾ ਦੇ ਹਵਾਈ ਅੱਡੇ ਨਾਲ, ਬਠਿੰਡਾ ਦਾ ਜਿਹੜਾ ਹਵਾਈ ਅੱਡਾ ਹੈ ਉਹ ਬਾਦਲਾਂ ਦਾ ਡ੍ਰੀਮ ਸੀ ਜੀ।
बादल 10 साल रहे पावर च ते उस वेले जो पावर रहे सारिया सड़कां बठिंडे नूं ही जांदियां सी ते उन्होंने जहाज भी बठिंडे हवाई अड्डा बनाया इन्ना खर्चा किया इन्नी सिक्योरिटी बिठाउणी पई लेकिन हवाई अड्डे ते कुछ नहीं चलिया। हरसिमरत ने लगातार प्रैशर पाया भी कुछ तो करो ते हवाई अड्डा हुण वैसे तो आने वाला टाइम जिहड़ा है वो इस किस्म की एविएशन का है। सारे कंट्री जो बड़े कंट्रीज ने उन्हें रेलवे हवाई और बस सर्विस सारिया कुछ चल दिया ने तो हाले जो है हिंदुस्तान च उस किस्म की गल नहीं। दूजी यह भी गल है कि साढ़े शहर नेड़े नेड़े ने यानी पंजाब दे विच सवेरे तुसी जे चल के सारे पंजाब दे चक्कर ला के शाम नूं घर पहुँच सकते हो कोई एड्डी वड्डी गल नहीं। लेकिन उन्हां लोकां लई जिहड़े वैष्णो देवी जाना चाहुंदे ने जम्मू जाना चाहते हैं उन्हां लई इह उड़ान सचमुच ही इहदा फायदा होएगा। उदू बाद उन्होंने ये भी ऐलान किया कि इदू बाद हजूर साहब जाएगी मतलब जिहड़ा रिलीजियस टूरिज्म है उहदे लई इहदा सीधा जिहड़ा फायदा हो सकता है होएगा। लेकिन जिन्नियां कि गिनती दे विच यात्री जाते ने की ये चलती रहूगी की उत्थे उड़ान लगातार चलू झंडी देती ठीक है उत्थे तो एयरपोर्ट से चाह पीन नहीं उत्थे समोसे नहीं मिलते होर तो होर कल उन्हें कहा भी जिहड़े यात्री आते हैं उन्होंने स्नैक्स का कोई प्रबंध तो करो जी। तो इस करके बठिंडा क्योंकि बादलों का सी हरसिमरत कौर ने उत्थों जितना सी ते उन्हें ये करते ने लेकिन इन्ना भी अलार हो के एक शहर की जिहड़ी तरक्की है बाकियों नूं इग्नोर करके लेकिन दूजे पासे हर थां ते हवाई अड्डे जिहड़े ने उन्हां दा होना तो चलना। असं तो उड़ीक रहे कदों जिहड़ा मोहाली का हवाई अड्डे तो कनेडा नूं अमरीका नूं जिहड़ी है ये उड़ान शुरू होएगी तां कि जिहड़ा लोकां दा 6-7 घंटे का दिल्ली का सफर आ बचे। हुण तुसीं गल कीती है दूजी खबर दूजी खबर बड़ी अफसोस वाली है। अफसोस यह है कि मोहाली दे विच पंजाब दे पिंड कई जाड़े गए हुण झोर खेड़ी दी आपां लगातार भी गल कीती है पिछे जदों करप्शन दे विच उत्थों दे DDPO BDO पंचायत सैकटरी साढ़े फटे गए सी तो जदों हवाई अड्डा मोहाली का बनता है ते रेनोवेट हुंदा उहदे विच पंजाब सरकार ने पंजाब दी जिहड़ी सत्ताधारी ते उदों अकाली दल सी उन्होंने मंग कीती कि इहदा नौ शहीद भगत सिंह शहीद आजम भगत सिंह दे नौ ते रखा जावे और हैरानी की गल है कि हरियाणा सरकार ने इहदा विरोध किया। अज जिहड़े राजू साहब ने वह कह रहे ने जिहड़े हवाबाजी मंत्री ने वह सही कह रहे ने इशारा किया भी गल ठीक है पंजाब भी शहीद किसी कौम दे किसी जात किसी धर्म नाल नहीं संबंधित होंगे न जिहड़ा यह शहीद है ये तो सारे हिंदुस्तान का यह तो पाकिस्तान का भी है सारी दोने तरह असी मनाउणी है पाकिस्तान च भी इन्हां नूं बड़ी इज्जत नाल नौ लिया जाता है। फिर जदों लग्या खट्टर सरकार नूं कि यह असी गलत स्टैंड लै लिया तो फिर उन्होंने ये कहा कि जी असी शहीद भगत सिंह के खिलाफ नहीं लेकिन जदों ये कहते रहे इहदा नौ जिहड़ा शहीद शहीद आजम भगत सिंह इंटरनेशनल मोहाली की बजाय इन्हू चंडीगढ़ करो मोहाली क्यों कर रहे हो तो यह उन्होंने जरा वाद विवाद हरियाणा पानिया तो लैके हर किस्म का वाद विवाद जरा है वो चल रहा हो तो लगता यह है कि शहीद आजम के नाम से ही जी तो मंग है साड़ी इच्छा है कि शहीद आजम के नाम से यह हवाई अड्डा जोड़ा वह नाम रखना चाहिए जी। कल भी वालिया जी आप एक खबर ली सी जिहड़ी कि पुलिस के मालखाने विच पिस्तौलां जिहड़ियां चोरी हुई ने मामला सामने आया सीगा और अज भी जिहड़ी गल करिए संगरूर च पिस्तौल वेचण दे दोष विच दो पंडित जिहड़े गिरफ्तार किए गए ने। देखो जी कल होया सी जिहड़ा उह तां सी पुलिस वाला जी उहदा मुंडा जी और उह फड़िया गया जी जिहड़ी पुलिस वाले दा मुंडा बटाले दे विच मालखाने चों हर रोज हथियार चक के बेचदा सी जी तो जो फड़िया गया कल जो उन्हें एक होम गाड़ी के मुंडे ने दिता मुंडा फड़या गया तो मुंडे तो बाद सारे फड़े गए। ये जी हुई है संगरूर की एक पिंड है खड़ियाल महिला चौंक के नाल संगरूर सुनाम के एरिए ये दोनों सुनाम के एरिए खबर ने दोने पंडित पुजारी ने एक शिव मंदिर का पुजारी है एक सुनाम के एक मंदिर का पुजारी है दोने जो पाठ पूजा तो वैसे ही करते लेकिन पाठ पूजा जा पुजारी जिहड़ा दे नौ थले इन्होंने फिर पस्तौलां लिया के मथुरा नाल संबंधित ने इह पस्तौलां लिया के बेचते सी ते पुलिस ने फड़ ले छे
ਬੰਦੇ ਜਿਹੜੇ ਹੈ ਜਿਨ੍ਹਾਂ ਨੂੰ ਵੇਚੀਆਂ ਸੀ ਉਹਨਾਂ 'ਚੋਂ ਇੱਕ ਤਾਂ ਫੜਿਆ ਗਿਆ, ਬਾਕੀ ਉਹ ਵੀ ਫੜਨੇ ਨੇ। ਔਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਧਰਮ ਦੇ ਨਾਂ 'ਤੇ ਅੱਗੇ ਹਥਿਆਰ ਚੱਲਦੇ ਸੀ, ਹੁਣ ਧਰਮ ਦੇ ਨਾਂ 'ਤੇ ਲੋਕ ਹਥਿਆਰ ਵੇਚਦੇ ਵੀ ਨੇ। ਔਰ ਕੱਲ੍ਹ ਜਿਵੇਂ ਅਸੀਂ ਕਿਹਾ ਸੀ, ਗੁਪਤ ਡਾਕਾ ਮਾਲਖਾਨੇ 'ਚ ਵੀ ਪੈਂਦਾ, ਲੇਕਿਨ ਆਮ ਤੌਰ 'ਤੇ ਲਾਅ ਐਂਡ ਆਰਡਰ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਹਥਿਆਰ ਤਾਂ ਐਂ ਵਿਕ ਰਹੇ ਨੇ ਜਾਂ ਮਿਲ ਰਹੇ ਨੇ, ਇਹ ਬੜੀ ਅਫਸੋਸਨਾਕ ਗੱਲ ਹੈ। ਸਮਾਂ ਸਾਡੇ ਕੋਲ ਥੋੜ੍ਹਾ ਹੀ ਰਹਿ ਗਿਆ, ਪਰ ਆਖਰੀ 'ਚ ਇੱਕ ਖਬਰ ਲੈਣਾ ਚਾਹਾਂਗੇ ਕਿ CM ਦੇ ਜਿਹੜੇ ਸਲਾਹਕਾਰ ਬਣਾਏ ਗਏ ਸੀ ਉਹ ਹੁਣ ਉਹ ਫੜੇ ਗਏ ਨੇ, ਕਿਉਂਕਿ ਉਹਨਾਂ ਦਾ ਫਰਜ਼ੀ ਆਈ ਕਾਰਡ ਲੈ ਕੇ, ਫਰਜ਼ੀ ਇੱਕ ਕੇਸ ਵਿੱਚ ਕਿ ਫਰਜ਼ੀ ਆਈ ਕਾਰਡ ਬਣਾ ਕੇ ਆਪਣੇ ਸਲਾਹਕਾਰ ਦੇ ਅਹੁਦੇ 'ਤੇ ਉਹ ਕਾਇਮ ਸਨ। ਉਹ ਨਹੀਂ ਜੀ, ਉਹ ਜਿਹੜੀ ਖਬਰ ਇਸ ਤਰ੍ਹਾਂ ਨਹੀਂ ਹੈ। ਬਹੁਤ ਸਾਰੇ ਲੋਕ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹਕਾਰ ਰੱਖਣ ਦੀ, OSD ਰੱਖਣ ਦੀ ਪੁਰਾਣੀ ਉਹਨਾਂ ਦੀ ਆਦਤ ਹੈ ਜੀ, ਮਤਲਬ ਇੱਧਰੋਂ ਸਰਕਾਰ ਵੱਲੋਂ ਵੀ, ਔਰ ਹੁਣ ਤਾਂ ਅਰੋੜਾ ਸਾਹਿਬ ਵੀ ਦੁਬਾਰਾ ਆ ਗਏ, ਪ੍ਰਿੰਸੀਪਲ ਸੈਕਟਰੀ ਕਿੰਨੇ IAS ਅਫਸਰ ਉਹਨਾਂ ਦੀ ਮਦਦ ਨੇ, ਇੱਧਰੋਂ ਉਹਨਾਂ ਨੇ ਆਪਦੇ OST ਬਹੁਤ ਰੱਖੇ ਨੇ। ਉਹਨਾਂ 'ਚੋਂ ਇੱਕ ਬੰਦੇ ਨੇ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸਲਾਹਕਾਰ, ਜਿੱਥੇ 19 ਦੀ ਫੌਜ ਹੈ ਉਹਨੇ ਵੀ ਆਪਦਾ ਇੱਕ ਆਈਡੈਂਟੀ ਕਾਰਡ ਬਣਾ ਲਿਆ। ਕਰਦੇ ਕਿ ਫਰਜ਼ੀ ਆਈ ਕਾਰਡ ਦੇ ਨਾਲ ਉਹ ਵੀ ਇੰਨੀ ਹਾਈ ਸਿਕਿਉਰਿਟੀ ਦੀ ਜਗ੍ਹਾ, ਤੇ ਜਦੋਂ ਉਹਨੇ ਜਿਹੜੇ ਬੰਦੇ ਨੇ ਹੇਰਾਫੇਰੀ ਕਰਨੀ ਹੈ, ਤੇ ਹੁਣ ਇੱਕ 8ਵੀਂ ਪਾਸ ਬੰਦਾ IG ਦੀ ਵਰਦੀ 'ਚ ਫੜਿਆ ਗਿਆ ਸੀ, ਤੋ ਇਹ ਇਸ ਕਿਸਮ ਦੀਆਂ ਠੱਗੀਆਂ ਵੱਜਦੀਆਂ ਨੇ। ਤੇ ਕਿਉਂਕਿ ਕੈਪਟਨ ਦਾ ਸਟਾਈਲ ਐਸਾ ਹੈ, ਕੈਪਟਨ ਨੇ ਆਪਦੇ ਜਿਹੜਾ ਨਾ ਦੇਖਣਾ, ਉਹ ਸਲਾਹਕਾਰਾਂ ਦੀ ਨਿਗਾਹ ਨਾਲ ਦੇਖਣਾ, ਉਹਨਾਂ ਦੀ ਨਜ਼ਰ ਨਾਲ ਦੇਖਣਾ, ਲੋਕਾਂ ਨੂੰ ਤਾਂ ਘੱਟ ਮਿਲਣਾ, ਅਤੇ ਇਹ ਬੰਦਾ ਆਪਦਾ ਕੈਪਟਨ ਦਾ ਸਲਾਹਕਾਰ ਬਣ ਕੇ ਆਪਦਾ ਕਰ ਰਿਹਾ ਸੀ, ਠੱਗੀਆਂ ਮਾਰ ਰਿਹਾ ਸੀ, ਫੜਿਆ ਗਿਆ। ਇਸ ਤਰ੍ਹਾਂ ਦੇ ਕੇਸ ਅਕਸਰ ਆਉਂਦੇ ਨੇ ਜੀ। ਵਾਲੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇ ਖਬਰਾਂ 'ਤੇ ਚਰਚਾ ਕਰਨ ਲਈ, ਔਰ ਸਾਡਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ, ਪਰ ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ। ਸੋ ਦਰਸ਼ਕੋ, ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ, ਔਰ ਕੱਲ੍ਹ ਫਿਰ ਇਸੇ ਸਮੇਂ ਇਸੇ ਵਕਤ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।